ਪਾਕਿਸਤਾਨੀ ਕਾ ਜੀ ਮਿਲਣ ਲੇ ਬੜੀ ਮੱਛੀ ਹੈ ਜੱਜ ਹੈ ਹਾਂਜੀ ਜਿਹੜੇ ਮੱਛੀ ਖਾਣ ਦੇ ਦਵਾਨੇ ਨੇ ਤਾਂ ਆਜੋ ਇਹ ਦਵਾਈ ਤੇ ਮਾਲ ਦੇ ਵਿੱਚ ਡੀਲ ਤੇ ਲੱਗੀ ਹੋਈ ਹੈ ਤੇ ਇਹ ਕੁਝ ਇਸ ਪ੍ਰਕਾਰ ਆ ਇੱਕ ਤਾਂ ਹੁੰਦੀ ਹੈ ਸਮੁੰਦਰੀ ਇੱਕ ਹੁੰਦੀ ਹੈ ਨਹਿਰੀ ਮੱਛੀ ਤੇ ਨਾਲ ਚ ਡਿਫਰੈਂਟ ਹੈ ਹੁੰਦਾ ਜਿਹੜੀ ਨਹਿਰੀ ਮੱਛੀ ਹੁੰਦੀ ਹੈ ਉਹ ਥੋੜੀ ਜਿਹੀ ਛੋਟੀ ਹੁੰਦੀ ਹੈ ਸਮੁੰਦਰ ਵਾਲੀ ਵੱਡੀ ਹੁੰਦੀ ਹੈ ਨਾਲ ਚ ਸਮੈਲ ਨਾ ਆਵੇ ਤੁਹਾਨੂੰ ਬਰਫ਼ ਤੇ ਜਿੱਦਾਂ ਨਾ ਸਬਜ਼ੀ ਵੇਚਦੇ ਆ ਉਦਾਂ ਸਜਾਏ ਹੁੰਨੇ ਆ ਇਹ ਛਿੰਗੇ ਆਗੇ ਤੈਨੂੰ ਇੰਗਲਿਸ਼ ਚ ਸ਼੍ਰਿੰਫ ਵੀ ਕਹਿ ਦਿੰਨੇ ਆ ਤੇ ਇਹਦੇ ਵਿੱਚ ਪ੍ਰੋਟੀਨ ਕਾਫੀ ਜ਼ਿਆਦਾ ਮਾਤਰਾ ਚ ਪਾਇਆ ਜਾਂਦਾ ਜਿਵੇਂ ਅੱਖਾਂ ਦੀ ਰੋਸ਼ਨੀ ਘਟੋਵੇ ਕਿਸੇ ਦੀ ਵਾਲ ਝੜਦੇ ਹੋਣ ਤਾਂ ਇਹ ਜਿਹੜੇ ਨੇਪਾਲੀ ਨੂੰ ਪੁੱਲੀ ਜ਼ਿਆਦਾ ਬੰਗਲਾਦੇਸ਼ ਵਾਲੇ ਖਾਣਾ ਪਸੰਦ ਕਰਦੇ ਨੇ ਇਹਨੂੰ ਤੇ ਇਹ ਅੱਗੇ ਜਿਹੜੇ ਮਹਿੰਗੀ ਮੱਛੀ ਆ ਗਈ ਇਹ ਥੋੜੀ ਜੀ ਤੇ ਇਹ ਸਾਰਾ ਮੋਲ ਦਾ ਇਧਰੋਂ ਥੋੜਾ ਜਿਹਾ ਵੀਓ ਇਧਰ 베ਜੀਟੇਰੀਨ ਆ ਗਿਆ ਜਿਹੜੇ 베ਜੀਟੇਰੀਨ ਖਾਣਾ ਪਸੰਦ ਕਰਦੇ ਨੇ ਤੇ ਇਹ ਇੱਕ ਪੀਸ ਪੀਸ ਦੇ ਹਿਸਾਬ ਨਾਲ ਮਿਲਦੀ ਹੈ तकरीबन 400 ਰੁਪਏ ਦਾ ਪੀਸ ਪਿਆ ਜਾਂਦਾ ਇਹ ਤੇ ਇਹਦੇ ਵਿੱਚ ਕੰਡੇ ਹੁੰਦੇ ਨੇ ਤਹ ਦੇਖ ਕੇ ਖਾਓ ਖਾਂਦੇ ਹੋਏ ਕੰਡਾ ਫਸ ਗਿਆ ਤਾਂ ਤੁਸੀਂ ਕੇਲਾ ਖਾ ਸਕਦੇ ਹੋ ਤੇ ਇਹਦੇ ਬੱਚੀ ਖਾਣ ਤੋਂ ਬਾਅਦ ਦੁੱਧ ਤੇ ਦਹੀਂ ਨਾ ਖਾਓ ਸਕਿਨ ਦੀ ਅਲਰਜੀ ਹੋ ਜਾਂਦੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ